ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਏ ਵਨ ਟਰਬਨ ਸੈਂਟਰ ਦੇ ਆਫੀਸ਼ੀਅਲ ਯੂਟਿਊਬ ਚੈਨਲ ਦੇ ਵਿੱਚ। ਜਿਹੜਾ ਕਿ ਯੂਟਿਊਬ ਦਾ ਪਹਿਲਾ ਵੈਰੀਫਾਈਡ ਦਸਤਾਰ ਸਿਖਲਾਈ ਚੈਨਲ ਹੈ, ਐਂਡ ਜਿੱਥੋਂ ਤੁਸੀਂ ਦਸਤਾਰਾਂ ਦੀਆਂ ਆਪਣੀਆਂ ਮਨਪਸੰਦ ਦੀਆਂ ਵੀਡੀਓਜ਼ ਦੇਖ ਕੇ ਆਪਣੇ ਦਸਤਾਰ ਦੇ ਸੁਧਾਰ ਕਰਦੇ ਰਹਿੰਦੇ ਹੋ। ਇੱਥੋਂ ਤੁਸੀਂ ਬੈਸਟ ਕੁਆਲਿਟੀ ਕਾਟਨ ਦਾ ਕੱਪੜਾ ਵੀ ਲੈ ਸਕਦੇ ਹੋ, ਜਿਹੜਾ ਕਿ ਗਰੰਟੀ ਵਾਲਾ ਕੱਪੜਾ ਹੁੰਦਾ ਹੈ, ਐਂਡ ਡਬਲ ਵਾਸ਼ ਕੱਪੜਾ ਹੁੰਦਾ ਹੈ। ਇਹ ਕੱਪੜਾ ਅਸੀਂ ਪੂਰੇ ਵਰਲਡ ਦੇ ਵਿੱਚ ਕਿਸੇ ਵੀ ਸ਼ਹਿਰ ਕਿਸੇ ਵੀ ਦੇਸ਼ ਦੇ ਵਿੱਚ ਡਿਲੀਵਰ ਕਰ ਦਿੰਦੇ ਹਾਂ। ਸੋ ਕੱਪੜਾ ਤੁਸੀਂ ਆਰਡਰ ਕਰਨ ਲਈ ਜਾਣਾ ਹੈ ਸਾਡੀ ਵੈਬਸਾਈਟ shahipak.com ਅਤੇ shahipakdurban.com 'ਤੇ। ਅਗਰ ਤੁਸੀਂ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵਧੇਰੇ ਜਾਣਕਾਰੀ ਲਈ ਸਾਡੇ ਦਿੱਤੇ ਗਏ ਨੰਬਰ 9803-1228 'ਤੇ ਕਾਲ ਕਰਕੇ, ਸੰਪਰਕ ਕਰਕੇ ਇੱਥੇ ਆਪਣੀ ਡਿਸਕਸ਼ਨ ਵੀ ਕਰ ਸਕਦੇ ਹੋ। ਹੁਣ ਤੁਸੀਂ ਸਾਡੀ ਐਂਡਰੋਇਡ ਐਪ ਏ1 ਟਰਬਨ ਸੈਂਟਰ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਉੱਥੇ ਦਸਤਾਰਾਂ ਦਾ ਕੱਪੜਾ ਵੀ ਆਰਡਰ ਕਰ ਸਕਦੇ ਹੋ। ਸਿੰਪਲ, ਤੁਸੀਂ ਗੂਗਲ ਪਲੇ ਸਟੋਰ ਖੋਲ੍ਹਣਾ ਹੈ, ਏ1 ਟਰਬਨ ਸੈਂਟਰ ਸਰਚ ਕਰਨਾ ਹੈ, ਐਂਡ ਐਪ ਤੁਸੀਂ ਡਾਊਨਲੋਡ ਕਰ ਲੈਣੀ ਹੈ, ਐਂਡ ਉਹ ਤੁਸੀਂ ਆਰਡਰ ਈਜ਼ਲੀ ਕਰ ਸਕਦੇ ਹੋ। ਸੋ ਅੱਜ ਦੇ ਵੀਡੀਓ ਟਿਊਟੋਰੀਅਲ ਵੱਲ ਚੱਲਦੇ ਹਾਂ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੇਣਾ ਜੀ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਜੀ। ਸੋ ਸਾਡਾ ਜਿਹੜਾ ਥੀਮ ਹੈ ਸ੍ਰੀ ਦਮਾਲਾ ਸਾਹਿਬ ਹੈ, ਤੁਹਾਨੂੰ ਪਤਾ ਆ ਕਿ ਹੋਲਾ ਮਹੱਲਾ ਆਉਣ ਵਾਲਾ ਹੈ, ਤਾਂ ਜਿਹੜੇ ਮੇਰੇ ਵੀਰ ਨਵੇਂ ਨਵੇਂ ਸਿੰਘ ਸਜੇ ਨੇ ਉਹਨਾਂ ਨੂੰ ਮਨ ਕਰਦਾ ਹੈ ਕਿ ਹੋਲੇ ਮਹੱਲੇ 'ਤੇ ਦਸਤਾਰ ਸਜਾਈ ਜਾਵੇ, ਜੋ ਕਿ ਸ੍ਰੀ ਦਮਾਲਾ ਸਾਹਿਬ ਹੋਏਗੀ। ਦਮਾਲਾ ਸਾਹਿਬ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਹੈ ਕਿ ਬੁੰਗਾ ਸਾਹਿਬ ਜੋ ਹੁੰਦਾ ਹੈ ਉਹ 5 ਮੀਟਰ ਦਾ ਹੁੰਦਾ ਹੈ। ਉਹ ਕਿਸੇ ਵੀ ਕੱਪੜੇ ਦਾ ਹੋ ਸਕਦਾ ਹੈ, ਚਾਹੇ ਫੁੱਲ ਵਾਲਾ, ਚਾਹੇ ਮਲਮਲ ਹੈ, ਚਾਹੇ ਉਹ ਟੱਸਰ ਹੈ, ਜਾਂ ਫਿਰ ਖੱਦਰ ਵੀ ਕਹਿ ਸਕਦੇ ਹੋ। ਇਹ ਜਿਹੜੀ ਵੱਡੀ ਦਸਤਾਰ ਹੁੰਦੀ ਹੈ ਉਹ ਵੈਸੇ ਸੰਪੂਰਨ ਹੁੰਦੀ ਹੈ, ਜੋ ਕਿ ਅੱਜ ਅਸੀਂ ਵੀਡੀਓ ਸ਼ੁਰੂ ਕਰਨ ਜਾਵਾਂਗੇ। ਸੰਪੂਰਨ ਦਸਤਾਰ ਮਤਲਬ ਬਿਨਾਂ ਦਸਤਾਰ ਵਿਚਕਾਰੋਂ ਕੱਟੇ ਪੂਰਾ ਦਮਾਲਾ ਸਾਹਿਬ, ਜੋ ਕਿ 7 ਮੀਟਰ ਦਾ ਹੋਏਗਾ। 7 ਮੀਟਰ ਸੰਪੂਰਨ ਦਮਾਲਾ ਸਾਹਿਬ, 5 ਮੀਟਰ ਬੁੰਗਾ ਸਾਹਿਬ। ਸੋ ਸ਼ੁਰੂਆਤ ਕਰਦੇ ਹਾਂ, ਐਂਡ ਦੇ ਵਿੱਚ ਛੋਟੇ ਸ਼ਸਤਰ ਤੁਸੀਂ ਲਗਾ ਕੇ ਆਪਣੀ ਦਸਤਾਰ ਨੂੰ ਹੋਰ ਵੀ ਸੋਹਣਾ ਕਰ ਸਕਦੇ ਹੋ, ਐਂਡ ਦੇ ਵਿੱਚ ਜਿੰਨੇ ਮਰਜ਼ੀ ਗੁਪਤ ਸ਼ਸਤਰ ਵੀ ਲਗਾ ਸਕਦੇ ਹੋ। ਉਹ ਐਂਡ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਹੜੀ ਕਿਹੜੀ ਜਗ੍ਹਾ 'ਤੇ ਕੀ ਕਰਨਾ ਹੈ। ਸੋ ਇਹਦੇ ਵੱਲ ਸੋਹਣੀ ਜੀ ਝਾਕੀ ਪਾਉਂਦੇ, ਅਤੇ ਇਹਦੇ ਵੱਲ ਸ਼ੁਰੂਆਤ ਕਰਦੇ ਹਾਂ। ਬੁੰਗੇ ਸਾਹਿਬ ਲਈ ਮੈਂ ਦਸਤਾਰ ਜਿਹੜੀ ਯੂਜ਼ ਕੀਤੀ ਹੈ ਇਹਨੂੰ ਟੱਸਰ ਕਹਿੰਦੇ ਨੇ। ਟੱਸਰ ਅਤੇ ਖੱਦਰ ਪੁਰਾਣੇ ਜ਼ਮਾਨੇ ਦੇ ਕੱਪੜੇ ਜਿਹੜੇ ਹੈਗੇ ਨੇ, ਇਹ ਕਾਫ਼ੀ ਰਲਦੇ ਮਿਲਦੇ ਕੱਪੜੇ ਨੇ। ਬੁੰਗੇ ਸਾਹਿਬ ਲਈ ਨੂੰ ਮੈਂ ਕਿਉਂ ਯੂਜ਼ ਕੀਤਾ ਹੈ, ਕਿਉਂਕਿ ਇੱਕ ਕੱਪੜਾ ਨਰਮ ਕੱਪੜਾ ਹੁੰਦਾ ਹੈ। ਤੁਸੀਂ ਜਦੋਂ ਟੱਸਰ ਬਾਜ਼ਾਰ 'ਚੋਂ ਲਓਗੇ ਕਦੇ ਤਾਂ ਤੁਹਾਨੂੰ ਪਤਾ ਹੋਏਗਾ ਕਿ ਇਹ ਕਾਫ਼ੀ ਸੌਫਟ ਕੱਪੜਾ ਹੁੰਦਾ ਹੈ, ਬਹੁਤ ਸੌਫਟ ਹੁੰਦਾ ਹੈ। ਮਤਲਬ ਕਿ ਆਮ ਜਿਹੜੇ ਫੁੱਲ ਵੈਲ 'ਤੇ ਰੁਬੀਆ ਕੱਪੜੇ ਆਉਂਦੇ ਨੇ
ਉਹਨਾਂ ਨਾਲੋਂ ਕਾਫੀ ਨਰਮ ਹੁੰਦਾ ਕੱਪੜਾ ਹੈ, ਹੁੰਦਾ ਗਫ 'ਚ ਲੇਕਿਨ ਨਰਮ ਹੁੰਦਾ। ਜਿਹੜੀ ਦਸਤਾਰ ਮੈਂ ਬੁੰਗੇ ਸਾਹਿਬ ਲਈ ਯੂਜ਼ ਕੀਤੀ ਹੈ ਉਹਦੀ ਲੈਂਥ ਹੈਗੀ 5 ਮੀਟਰ ਅਤੇ ਉਸਦੇ ਉੱਪਰ ਅਸੀਂ ਦਮਾਲਾ ਸਾਹਿਬ ਸਜਾਉਣ ਜਾ ਰਹੇ ਹਾਂ ਜੋ ਕਿ ਸੰਪੂਰਨ ਹੋਏਗਾ। ਸੰਪੂਰਨ ਕਹਿਣ ਦਾ ਮਤਲਬ ਇਹਦੀ ਜੋ ਲੈਂਥ ਹੈ ਚੌੜਾਈ ਦੀ ਲੈਂਥ ਜਿਹਨੂੰ ਕਹਿੰਦੇ, ਇਹਨੂੰ ਜਿਹੜੀ ਲੰਬਾਈ ਕਹਿ ਲਓ ਕਿ ਟੇਢੇ ਰੋਗ 'ਤੇ ਹੈ ਜਿਹਨੂੰ ਚੌੜਾਈ ਕਹਿ ਦਿੰਦੇ ਲੋਕ, ਇਹ ਜਿਹੜੀ ਪੂਰੀ 1 ਮੀਟਰ ਦੀ ਹੈ ਜਿਵੇਂ ਆਮ ਥਾਂ ਦੇ ਵਿੱਚ ਲੈਂਦੇ ਹਾਂ। ਇਹਦੇ ਵੇਖੋ ਕਿਨਾਰੇ ਬਿਲਕੁਲ ਪੂਰੇ ਨੇ, ਆਹ ਵੀ ਕਿਨਾਰੀ ਪੱਕੀ ਧਾਰੀ ਆ ਅਤੇ ਆਹ ਵੀ ਪੱਕੀ ਧਾਰੀ ਆ, ਅਤੇ ਆਮ ਕੀ ਹੁੰਦਾ ਕਿ ਵਿਚਕਾਰੋਂ ਕੱਟ ਕੇ ਹਾਫ ਕਰ ਦਿੰਦੇ ਨੇ ਅਤੇ ਇਹਨੂੰ ਨਹੀਂ ਕੀਤਾ ਹੋਇਆ, ਠੀਕ ਹੈ ਜੀ। ਸਜਾਉਣ ਲਈ ਇੱਕ ਕਿਨਾਰਾ ਫੜਾਂਗੇ, ਟ੍ਰੈਂਗਲ ਬਣਾਵਾਂਗੇ, ਅਤੇ ਪਹਿਲਾ ਪੱਲਾ ਸਿਰ 'ਤੇ ਲਾਵਾਂਗੇ। ਦਸਤਾਰ ਦੀ ਸ਼ੁਰੂਆਤ ਕੁਛ ਇਸ ਤਰੀਕੇ ਨਾਲ ਕਰਾਂਗੇ, ਖੱਬੇ ਪਾਸੇ ਅੰਦਰ ਕਿਨਾਰਾ ਲਿੱਤਾ, ਉੱਪਰ ਖਿੱਚ ਕੇ ਸੱਜੇ ਪਾਸੇ ਕੰਨ 'ਤੇ ਕਿਨਾਰਾ ਲਿੱਤਾ, ਇਹ ਦਸਤਾਰ ਸਾਨੂੰ ਵੱਡੀ ਹੀ ਚਾਹੀਦੀ ਹੈ ਕਿਉਂਕਿ ਇਹ ਵੱਡੀ ਦਸਤਾਰ ਸੋਹਣੀ ਲੱਗਦੀ ਹੈ। ਇਸ ਦੇ ਵਿੱਚ ਜੋ ਅਸੀਂ ਅੱਜ ਸਟਾਈਲ ਸਜਾਉਣ ਜਾ ਰਹੇ ਹਾਂ ਦਮਾਲਾ ਸਾਹਿਬ ਦਾ, ਉਹ ਕੁਛ ਇਸ ਤਰੀਕੇ ਦਾ ਹੋਏਗਾ ਕਿ ਪਹਿਲਾਂ ਅਸੀਂ ਰਾਊਂਡ ਦਸਤਾਰ ਪ੍ਰੋਪਰ ਸਜਾਵਾਂਗੇ, ਦੈਨ ਕਿਨਾਰੀਆਂ ਬਣਾਵਾਂਗੇ ਦੋਨੋਂ ਪਾਸੇ ਸੱਜੇ ਖੱਬੇ ਮਜ਼ਬੂਤੀ ਵਾਸਤੇ ਅਤੇ ਅਕੀਲਾ ਵਾਸਤੇ, ਬਾਅਦ 'ਚੋਂ ਚੰਦ ਲਾ ਕੇ ਇੱਥੇ ਖੰਡਾ ਲਾ ਕੇ ਅਤੇ ਉਹਨੂੰ ਟ੍ਰੈਂਗਲ ਦੀ ਸ਼ੇਪ ਦੇਵਾਂਗੇ ਤਾਂ ਜਿਹੜੇ ਦੋਨੋਂ ਕੰਨ ਜਿਹੜੇ ਆ ਬੜੇ ਸੋਹਣੇ ਤਰੀਕੇ ਨਾਲ ਕਵਰ ਹੋ ਜਾਣਗੇ, ਠੀਕ ਹੈ ਜੀ। ਕਿਉਂਕਿ ਸ੍ਰੀ ਦਮਾਲਾ ਸਾਹਿਬ ਨੂੰ ਸਜਾਉਣ ਲਈ ਬਹੁਤ ਸਾਰੇ ਤਰੀਕੇ ਹੁੰਦੇ ਨੇ ਜਿਹਦੇ ਵਿੱਚੋਂ ਮੈਂ ਇੱਕ ਤਰੀਕਾ ਯੂਜ਼ ਕਰਾਂਗਾ ਤੁਹਾਡੇ ਸਾਹਮਣੇ। ਜਿਵੇਂ ਕਿ ਆ ਪਹਿਲਾ ਲੜ ਅਸੀਂ ਲੈ ਗਏ ਖੱਬੇ ਪਾਸੇ, ਠੀਕ ਹੈ ਜੀ, ਇਹ ਮਜ਼ਬੂਤੀ ਵਾਸਤੇ ਹੈ। ਦੂਜਾ ਲੜ ਲੈ ਗਿਆ ਅਸੀਂ ਸੇਮ ਤਰੀਕੇ ਨਾਲ ਇੱਦਾਂ ਸੱਜੇ ਪਾਸੇ ਤੋਂ, ਇਹ ਵੀ ਮਜ਼ਬੂਤੀ ਵਾਸਤੇ ਹੈ। ਉਸ ਤੋਂ ਬਾਅਦ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਉੱਪਰਲੇ ਪਾਸੇ ਲੜ ਲੈ ਗਿਆ ਟੌਪ 'ਤੇ, ਸੰਪੂਰਨ ਦਸਤਾਰ ਦਾ ਸਭ ਤੋਂ ਵੱਧ ਬੈਨੀਫਿਟ ਹੈ ਕਿ ਇੱਕ ਤਾਂ ਜਲਦੀ ਸਜਦੀ ਹੈ, ਇਹਦੇ 'ਚ ਮਟੀਰੀਅਲ ਜ਼ਿਆਦਾ ਹੁੰਦਾ ਕੱਪੜੇ ਦਾ ਅਤੇ ਇਹਦੇ ਜਿਹੜੇ ਲੜ ਨੇ ਉਹ ਡੈਂਸ ਬਣਦੇ ਆ, ਵੱਡੇ ਵੱਡੇ ਸਟਰੋਂਗ ਲੜ ਬਣਨਗੇ, ਮਜ਼ਬੂਤ ਲੜ ਬਣਨਗੇ, ਜੋ ਕਿ ਚੰਗੀ ਗੱਲ ਹੈ। ਉੱਪਰੋਂ ਲਿਆਉਂਦਾ ਪੱਲੇ ਨੂੰ, ਪਹਿਲੇ ਨੂੰ ਥੱਲੇ ਨੂੰ ਕੁਛ ਇਸ ਤਰੀਕੇ ਨਾਲ, ਅਗਰ ਇਕੱਠਾ ਕਰਨਾ ਚਾਹੋ ਕਰ ਸਕਦੇ ਹੋ ਸਫਾਈ ਵਾਸਤੇ, ਜਾਂ ਮਤਲਬ ਕਿ ਹੋਰ ਵੀ ਜ਼ਿਆਦਾ ਡੈਂਸ ਵੱਟ ਬਣਾਉਣ ਵਾਸਤੇ, ਜਿਹਨੂੰ ਕਹਿੰਦੇ ਨਾ ਕਿ ਆਪਣਾ ਇਕੱਠੇ ਇਕੱਠੇ ਜਿਹੇ ਵੱਟ ਹੋਣਗੇ ਵਧੀਆ ਜੀ, ਹੈਵੀ ਜਿਹੇ ਲੜ ਲੱਗਣਗੇ ਉਹ ਸੋਹਣੇ ਲੱਗਦੇ ਆ,
ਠੀਕ, ਨੈਕਸਟ ਪੱਲਾ ਉੱਪਰੋਂ ਲਿਆਂਦਾ। ਇਹ ਦਸਤਾਰ ਦੇ ਵਿੱਚ ਜਿਹੜੀਆਂ ਇਹਦੇ ਕਿਨਾਰੀਆਂ ਨੇ, ਜਿਵੇਂ ਦੇਖ ਸਕਦੇ ਹੋ ਕਿ ਉੱਪਰਲੀ ਧਾਰ ਹੈ, ਥੱਲੇ ਦੀ ਧਾਰ, ਇਹਨੂੰ ਨਾਲ ਦੇ ਨਾਲ ਸਿੱਧੇ ਕਰਨਾ, ਇਹ ਖਾਸ ਧਿਆਨ ਰੱਖਣਾ ਦਾ। ਲਓ ਜੀ ਨੈਕਸਟ ਵਾਲਾ ਲਾਇਆ ਆਪਾਂ, ਬਿਲਕੁਲ ਨੇੜੇ ਸਿੱਧੇ ਲੈ ਗਏ, ਠੀਕ ਹੈ ਜੀ। ਪਹਿਲਾ ਦੂਜਾ ਪਿੱਛੋਂ ਬਣ ਚੁੱਕਿਆ, ਉੱਪਰੋਂ ਸਟੈਪ ਬਾਏ ਸਟੈਪ ਥੱਲੇ ਹੇਠਾਂ ਨੂੰ, ਅਤੇ ਅਗਲਾ ਪੱਲਾ ਲੈ ਗਿਆ ਸੀ ਸਿੱਧਾ, ਅਤੇ ਇਹ ਬਣੇਗਾ ਪਿੱਛੋਂ ਤੀਜਾ ਪੱਲਾ। ਦੇਖੋ 1 2 3, ਠੀਕ ਹੈ, ਅਤੇ ਤੀਜਾ ਪੱਲਾ ਆ ਗਿਆ। ਤੀਜਾ ਪੱਲਾ ਲਿਆਂਦਾ ਕੁਛ ਇਸ ਤਰੀਕੇ ਨਾਲ, ਹੁਣ ਇਸ ਜਗ੍ਹਾ 'ਤੇ ਆ ਕੇ ਤੁਸੀਂ ਸ਼ਸਤਰ ਲਗਾ ਸਕਦੇ ਹੋ, ਜਾਂ ਫਿਰ ਇੱਕ ਲੜ ਹੋਰ ਲਾ ਕੇ ਜਿਹੜੀ ਪ੍ਰੋਪਰ ਵੱਡੀ ਦਸਤਾਰ ਚੰਦ ਵਾਲੀ ਉਹ ਵੀ ਬਣਾ ਸਕਦੇ ਹੋ। ਜਦੋਂ ਆਪ ਜੀ ਨੇ ਦਸਤਾਰ ਇਸ ਤਰ੍ਹਾਂ ਖਿਸਕਾ ਲੈਣੀ ਉੱਪਰ ਨੂੰ, ਸਲਿਪ ਕਰ ਲੈਣੀ ਹਲਕੀ ਜੀ, ਕਿਉਂਕਿ ਇਹਦਾ ਇੱਕ ਪਰਪਸ ਹੈ ਕਿ ਆਪਾਂ ਜਿਹੜਾ ਆਪਣਾ ਚੰਦ ਲਾਉਣਾ ਕੁਛ ਇਸ ਤਰੀਕੇ ਨਾਲ, ਬਿਲਕੁਲ ਸੈਂਟਰ ਦੇ ਵਿੱਚ ਉੱਚਾ ਲਾਉਣਾ, ਲੇਕਿਨ ਹਾਂਜੀ ਉੱਚਾ ਚੰਦ ਲਾਇਆ। ਦੈਨ ਜਿਹੜਾ ਲਾਸਟ ਸੈਕਿੰਡ ਲੜਿਆ ਆਪਣਾ, ਜਿਹੜਾ ਹੁਣ ਅਸੀਂ ਲਾਵਾਂਗੇ ਇਸ ਲੜ ਦੇ ਨਾਲ, ਆਪਣਾ ਅਖੀਰਲਾ ਜਿਹੜਾ ਪੋਰਸ਼ਨ ਹੈ ਦਸਤਾਰ ਦਾ, ਇਹ ਸੈੱਟ ਕਰਨਾ। ਪਹਿਲਾਂ ਲੜ ਬਣਾਇਆ ਸੀ ਇੱਦਾਂ ਕੁਛ, ਇਹਨੂੰ ਅਸੀਂ ਖੰਡੇ ਦੇ ਪਿੱਛੇ ਲੈ ਜਾਣਾ, ਠੀਕ ਹੈ ਜੀ। ਆਪਣੇ ਇਹ ਚੰਦ ਦੇ ਪਿੱਛੇ ਲੈ ਗਏ, ਤੁਸੀਂ ਮੇਨ ਇਹਦਾ ਫੋਕਸ ਫਰੰਟ 'ਤੇ ਰੱਖਣਾ ਹੈ ਤਾਂ ਕਿ ਟ੍ਰੈਂਗਲ ਜਿਹੜਾ ਸਹੀ ਬਣੇ। ਜਿਹੜੇ ਕੁਛ ਰਿੰਕਲ ਬਚ ਗਏ ਨੇ ਇੱਥੋਂ ਇਹਨਾਂ ਨੂੰ ਕਵਰ ਅਪ ਕਰਕੇ ਉਹ ਵੀ ਖੰਡੇ ਦੇ ਉੱਪਰੋਂ ਲੈ ਕੇ ਜਾਣੇ ਅਸੀਂ। ਉਸ ਤੋਂ ਬਾਅਦ ਜਿਹੜਾ ਆਪਣਾ ਅਖੀਰਲਾ ਲੜ ਹੈ ਦਸਤਾਰ ਦਾ, ਉਹਨੂੰ ਸਾਈਡ ਵਿੱਚ ਫਿੱਟ ਕਰਕੇ ਪੂਰਾ ਅੱਗੇ ਤੱਕ ਲੈ ਆਉਣਾ।
ਬਹੁਤ ਸੋਹਣੀ ਦਸਤਾਰ, ਸ੍ਰੀ ਦੁਮੱਲਾ ਸਾਹਿਬ ਕੁਛ ਇਸ ਤਰੀਕੇ ਨਾਲ ਸੱਜ ਕੇ ਰੈਡੀ ਹੋ ਜਾਂਦਾ ਹੈ। ਜਿਹੜਾ ਸੀ ਪਹਿਲਾਂ ਲੜ ਲਾਇਆ ਸੀ ਦ ਵੈਰੀ ਫਸਟ ਲੜ, ਉਹਨੂੰ ਹਲਕਾ ਜਿਹਾ ਨਿਕਾਲ ਕੇ ਇੱਦਾਂ, ਕਿਉਂਕਿ ਦੂਰਾ ਹੁੰਦਾ ਉਹ, ਉਹਨੂੰ ਖਿੱਚ ਕੇ ਸਾਈਡਾਂ 'ਚ ਫਿੱਟ ਕਰ ਦੇਣਾ ਹੈ। ਤਾਂ ਇਸ ਤਰੀਕੇ ਨਾਲ ਦਸਤਾਰ ਤੁਸੀਂ ਸਜਾ ਸਕਦੇ ਹੋ, ਪਿੱਛੋਂ ਕਿਨਾਰੀਆਂ ਸਿੱਧੀਆਂ ਚਾਰੇ ਪਾਸਿਓਂ ਸਾਈਡਾਂ ਫਿੱਟ ਕਰਨੀਆਂ। ਇੱਕ ਧਿਆਨ ਰੱਖਣਾ ਕਿ ਪਿਛਲੇ ਪਾਸੇ ਜਿਹੜੇ ਲੜਨੇ ਸੈੱਟ ਕਰਨੇ ਆ ਜੋ, ਉਹ ਦੋਨੋਂ ਪਾਸੇ ਕਰਨੇ ਇੱਕ ਵਾਰ 'ਚ, ਦੋਨੋਂ ਹੱਥਾਂ ਨਾਲ ਪਿੱਛੋਂ ਇੱਕ ਵਾਰ ਸੈੱਟ ਕਰਨੇ ਆ। ਬਾਜ਼ ਦੀ ਮਦਦ ਨਾਲ ਤੁਸੀਂ ਕੇਸ ਨਾਲ ਕਰ ਸਕਦੇ ਹੋ, ਬਾਜ਼ ਦੀ ਮਦਦ ਨਾਲ ਅਗਰ ਤੁਸੀਂ ਚਾਹੋ ਤਾਂ ਜਿਹੜੀਆਂ ਥੱਲੇਲੇ ਕਿਨਾਰੀਆਂ ਨੇ ਇਹਨਾਂ ਨੂੰ ਤੁਸੀਂ ਪਿੱਛੇ ਵੀ ਕਰ ਸਕਦੇ ਹੋ, ਉਹ ਤੁਹਾਡੀ ਇੱਛਾ ਹੈ। ਅਗਰ ਮਜ਼ਬੂਤੀ ਰੱਖਣਾ ਚਾਹੁੰਦੇ ਤਾਂ ਇੱਥੇ ਰਹਿਣ ਦੇਣਾ, ਅਗਰ ਸਟਾਈਲ ਜ਼ਿਆਦਾ ਅੱਛਾ ਬਣਾਉਣਾ ਹੈ ਤਾਂ ਤੁਸੀਂ ਇਹਨਾਂ ਨੂੰ ਪਿੱਛੇ ਕਰ ਸਕਦੇ ਹੋ। ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਤਰੀਕੇ ਨਾਲ ਜਿਹੜਾ ਦੁਮੱਲਾ ਸਾਹਿਬ ਜਿਹੜਾ ਸੱਜ ਜਾਂਦਾ ਹੈ। ਬਹੁਤ ਸਾਰੇ ਸੋਹਣੇ ਤਰੀਕੇ ਹੁੰਦੇ ਨੇ ਦਸਤਾਰ ਨੂੰ ਸਜਾਉਣ ਦੇ, ਪਰ ਉਹਨਾਂ 'ਚੋਂ ਇੱਕ ਤਰੀਕਾ ਜੋ ਅਸੀਂ ਤੁਹਾਡੇ ਸਾਹਮਣੇ ਲਿਆਂਦਾ ਹੈ, ਜੋ ਕਿ ਸੌਖਾ ਹੈ ਅਤੇ ਬਿਗੇਨਰ ਵਾਸਤੇ ਹੈ, ਜੋ ਕਿ ਦਸਤਾਰ ਸਜਾਉਣਾ ਚਾਹੁੰਦੇ ਨੇ ਸ੍ਰੀ ਦੁਮੱਲਾ ਸਾਹਿਬ, ਜਿਹੜੇ ਨਵੇਂ ਨਵੇਂ ਵੀਰ ਸਿੰਘ ਸਜੇ ਨੇ, ਠੀਕ ਹੈ ਜੀ, ਉਹਨਾਂ ਨੇ ਦਸਤਾਰ ਜਿਹਨੇ ਸਜਾਉਣੀ ਹੈ, ਕਿਉਂਕਿ ਹੋਲਾ ਮਹੱਲਾ ਆਉਣ ਵਾਲਾ ਹੈ ਅਤੇ ਦਸਤਾਰ ਜਿਹੜੀ ਹੈ ਦੁਮੱਲਾ ਸਾਹਿਬ ਸਜਾਉਣ ਦਾ ਦਿਲ ਤਾਂ ਕਰਦਾ ਹੈ। ਕਿਉਂ ਕਰਦਾ ਹੈ? ਕਿਉਂਕਿ ਇਹਦੇ ਨਾਲ ਅਸਲੀ ਜਿਹੜੀ ਇਮੇਜ ਹੈ ਉਹ ਬਾਹਰ ਆ ਜਾਂਦੀ ਹੈ, ਕਿ ਜੋ ਅਸੀਂ ਅੰਦਰੋਂ ਹੈਗੇ ਹਾਂ ਉਹ ਬਾਹਰ ਦਿਖਣ ਲੱਗ ਜਾਂਦੇ ਹਾਂ। ਸੋ ਇਹ ਦਸਤਾਰ ਸੱਚ ਚੁੱਕੀ ਹੈ। ਜੇ ਤੁਹਾਨੂੰ ਸਾਡੀ ਇਹ ਵੀਡੀਓ ਅਤੇ ਟਿਊਟੋਰੀਅਲ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਅਗਰ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਤਰੀਕੇ ਨਾਲ ਅਸੀਂ ਤੁਹਾਡੇ ਲਈ ਸੋਹਣੀ ਸੋਹਣੀ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ, ਤਾਂ ਉਹਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਬੈਲ ਆਈਕਨ ਦਬਾ ਕੇ ਰੱਖਿਓ। ਸੋ ਜੀ, ਮਿਲਦੇ ਰਹਾਂਗੇ ਨਵੇਂ ਤੋਂ ਨਵੀਆਂ ਸੋਹਣੀਆਂ ਪਿਆਰੀਆਂ ਵੀਡੀਓਜ਼ ਲੈ ਕੇ ਤੁਹਾਡੇ ਲਈ। ਉਨੀ ਦੇਰ ਤੱਕ ਲਈ ਸਾਨੂੰ ਦੇ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।